ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਸਕੂਟੀ ਤੇ ਸਵਾਰ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਦਰਅਸਲ ਕਾਰ ਨੇ ਜ਼ੋਰਦਾਰ ਟੱਕਰ ਮਾਰੀ, ਮੌਕੇ ਤੇ ਹੀ ਇਸ ਔਰਤ ਦੀ ਮੌਤ ਹੋ ਗਈ। ਹੁਸ਼ਿਆਰਪੁਰ ਦੇ ਅੱਡਾ ਖੰਡਿਆਲਾ ਸੈਣੀਆਂ ਦੇ ਨਜ਼ਦੀਕ ਇਹ ਹਾਦਸਾ ਹੋਇਆ। ਮ੍ਰਿਤਕ ਔਰਤ ਦੀ ਪਹਿਚਾਣ ਮਮਤਾ ਵਾਸੀ ਪਿੰਡ ਮਿਰਜਾਪੁਰ ਖੰਡਿਆਲਾ ਵਜੋਂ ਹੋਈ, ਜੋ ਕਿ ਅੱਡਾ ਸਰਾਂ ਦੇ ਵਿੱਚ ਰੁਦਮਾ ਗਾਰਮੈਂਟਸ ਕੱਪੜਿਆਂ ਦੀ ਦੁਕਾਨ ਨਾਂ ਦੀ ਦੁਕਾਨ ਚਲਾਉਂਦੀ ਸੀ। ਮ੍ਰਿਤਕ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਔਰ ਇਹ ਆਪਣੇ ਪਿੱਛੇ ਦੋ ਲੜਕੀਆਂ ਤੇ ਇੱਕ ਲੜਕੇ ਨੂੰ ਛੱਡ ਗਈ। ਤਸਵੀਰਾਂ ਦੇ ਵਿੱਚ ਉਹ ਖਤਰਨਾਕ ਮੰਜ਼ਰ ਕੈਦ ਹੋਇਆ, ਜਿਸ ਦੇ ਵਿੱਚ ਇਹ ਮਹਿਲਾ ਕਿਸ ਤਰੀਕੇ ਦੇ ਨਾਲ ਇਸ ਨੂੰ ਜ਼ੋਰਦਾਰ ਟੱਕਰ ਵੱਜਦੀ ਹੈ ਔਰ ਹਵਾ ਦੇ ਵਿੱਚ ਉੱਛਲ ਕੇ ਇਹ ਮਹਿਲਾ ਮੂਧੇ ਮੂੰਹ ਜ਼ਮੀਨ ਤੇ ਡਿੱਗ ਜਾਂਦੀ ਹੈ। ਹਾਦਸਾ ਉਸ ਵੇਲੇ ਹੋਇਆ ਜਦੋਂ ਉਹ ਦੁਕਾਨ ਦਾ ਸਮਾਨ ਲੈਣ ਦੇ ਲਈ ਹੁਸ਼ਿਆਰਪੁਰ ਆਪਣੀ ਸਕੂਟੀ ਤੇ ਜਾ ਰਹੀ ਸੀ ਤਾਂ ਪਿੱਛੋਂ ਕਾਰ ਨੇ ਜ਼ੋਰਦਾਰ ਟੱਕਰ ਮਾਰੀ ਔਰ ਇਹ ਹਵਾ ਦੇ ਵਿੱਚ ਉੱਛਲ ਕੇ ਜ਼ਮੀਨ ਤੇ ਡਿੱਗ ਪਈ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਕਾਰ ਸਵਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸੀਸੀਟੀਵੀ ਤਸਵੀਰਾਂ ਦੇ ਵਿੱਚ ਪੂਰਾ ਹਾਦਸਾ ਕੈਦ ਹੋਇਆ, ਕਿਸ ਤਰੀਕੇ ਦੇ ਨਾਲ ਇੱਕ ਸਕੂਟੀ ਤੇ ਸਵਾਰ ਮਹਿਲਾ ਜੋ ਕਿ ਹੁਸ਼ਿਆਰਪੁਰ ਸਮਾਨ ਲੈਣ ਜਾ ਰਹੀ ਸੀ, ਰਸਤੇ ਦੇ ਵਿੱਚ ਪਿੱਛੋਂ ਕਾਰ ਨੇ ਜ਼ੋਰਦਾਰ ਟੱਕਰ ਮਾਰੀ। ਹਵਾ ਦੇ ਵਿੱਚ ਉੱਛਲ ਕੇ ਇਹ ਮਹਿਲਾ ਜ਼ਮੀਨ ਤੇ ਡਿੱਗ ਗਈ। ਮੌਕੇ ਤੇ ਹੀ ਇਸ ਦੀ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਇਸ ਦੇ ਪਤੀ ਦੀ ਵੀ ਮੌਤ ਹੋਈ ਸੀ, ਆਪਣੇ ਪਿੱਛੇ ਦੋ ਬੇਟੀਆਂ ਤੇ ਇੱਕ ਬੇਟੇ ਨੂੰ ਛੱਡ ਗਈ। ਦੱਸਦੇ ਕਿ ਇਹ ਮਹਿਲਾ ਕੱਪੜਿਆਂ ਦੀ ਦੁਕਾਨ ਚਲਾਉਂਦੀ ਹੈ ਔਰ ਸਮਾਨ ਲੈਣ ਦੇ ਲਈ ਹੁਸ਼ਿਆਰਪੁਰ ਆਪਣੀ ਸਕੂਟੀ ਤੇ ਜਾ ਰਹੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਬੇਕਾਬੂ ਕਾਰ ਇਸ ਦੇ ਵਿੱਚ ਵੱਜੀ ਔਰ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ।